ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਨੇ, ਜਿਨ੍ਹਾਂ ਨੇ ਸੰਗਰੂਰ ਵਿੱਚ ਅਕਾਲੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਡਟ ਕੇ ਅਕਾਲੀ ਦਲ ਬਾਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੋਲ ਇੱਕ ਵੀ ਅਜਿਹਾ ਕੰਮ ਗਿਣਵਾਉਣ ਨੂੰ ਨਹੀਂ ਜੋ ਉਹਨਾਂ ਪੂਰਾ ਕੀਤਾ ਹੋਵੇ। ਇੱਕ ਵੀ ਨਿਸ਼ਾਨੀ, ਇੱਕ ਵੀ ਇਗਜ਼ਾਮਪਲ ਵਿਕਾਸ ਦਾ ਉਹਨਾਂ ਨੂੰ ਦੇਣਾ ਚਾਹੀਦਾ। ਇੱਕ ਵੀ ਇਗਜ਼ਾਮਪਲ, ਮੈਂ ਅਸੈਂਬਲੀ ਵਿੱਚ ਵੀ ਜੋ ਸੈਸ਼ਨ ਹੋਇਆ ਸੀ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਸੀ ਮੈਨੂੰ ਇੱਕ ਗੱਲ ਦੱਸ ਦਿਓ ਜਿਹੜੀ ਤੁਸੀਂ 2 ਸਾਲਾਂ 'ਚ ਕੀਤੀ ਹੈ। ਉਹ ਖੜ੍ਹਾ ਹੋ ਕੇ ਇੱਕ ਗੱਲ ਵੀ ਨਹੀਂ ਕਹਿ ਸਕੇ। ਆਹ ਮੇਰਾ ਪਿਛਲੇ 2-2.5 ਮਹੀਨੇ ਤੋਂ ਮੈਂ ਵਰਕਰਾਂ ਨਾਲ ਮਿਲ ਰਿਹਾ, ਤਕਰੀਬਨ 2.25 ਲੱਖ ਵਰਕਰਾਂ ਨੂੰ ਮਿਲ ਚੁੱਕਾ ਹੈ, ਉਹਨਾਂ ਨੂੰ ਫੋਟੋਗ੍ਰਾਫ ਲੈ ਚੁੱਕਾ। ਉਹਨਾਂ 'ਚ ਹੁਣ ਮੈਂ ਦੇਖਿਆ ਬਹੁਤ ਜੋਸ਼ ਹੈ ਵਰਕਰਾਂ 'ਚ ਕਿ ਜਿਹੜਾ ਝੂਠਾ ਵਾਅਦੇ ਝੂਠ ਬੋਲ ਕੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਕੈਪਟਨ ਨੇ ਗੁੰਮਰਾਹ ਕੀਤਾ ਸੀ, ਪੰਜਾਬ ਦੀ ਜਨਤਾ ਹੁਣ ਬਦਲਾ ਲੈਣਾ ਚਾਹੁੰਦੀ ਹੈ। ਸਬਸਕ੍ਰਾਈਬ ਕਰੇ ਛੜਦੀ ਕਲਾ ਟਾਈਮ ਟੀਵੀ ਕੋ ਔਰ ਲੇਟੈਸਟ ਅਪਡੇਟ ਪਾਣੇ ਕੇ ਲੀਏ ਪ੍ਰੈਸ ਕਰੇ ਬੈਲ ਆਇਕਨ ਕੋ।